मेरे नाल मौजूद ने इस वक्त राजा वड़िंग वड़िंग साहब ਸੀ ਪਹੁੰਚੇ ਕਿ ਹੋ ਜੇ ਪ੍ਰੋਗਰਾਮ ਅੱਜ ਦੇ ਸੈਟੀਸਫਾਈਡ ਪ੍ਰੋਗਰਾਮਾਂ ਤੋਂ ਬਾਬੇ ਨਾਨਕ ਦੇ ਪ੍ਰੋਗਰਾਮ ਤੋਂ ਸੈਟੀਸਫਾਈਡ ਹੋਣ ਦੀ ਤਾਂ ਕੁਐਸਚਨ ਹੀ ਨਹੀਂ ਹੁੰਦਾ ਗੁਰੂ ਨਾਨਕ ਦੇ ਘਰ ਆਏ ਹਾਂ ਪਹਿਲੀ ਪਾਤਸ਼ਾਹੀ ਦੇ ਘਰ ਆਏ ਹਾਂ ਔਰ ਕਰਮਾਂ ਵਾਲੇ ਹਾਂ ਕਿਸਮਤ ਵਾਲੇ ਹਾਂ ਕਿ ਅੱਜ ਦਾ ਦਿਨ ਸਾਨੂੰ ਮਾਨਣ ਦਾ ਮੌਕਾ ਮਿਲਿਆ ਸਾਡੀ ਜ਼ਿੰਦਗੀ 'ਚ ਇਹ ਦਿਨ ਆਇਆ ਕਈ ਵਾਰੀ ਹੁੰਦਾ ਕਿ ਜ਼ਿੰਦਗੀਆਂ ਚਲੀਆਂ ਜਾਂਦੀਆਂ ਇਹੋ ਜਿਹੇ ਭਾਗਾਂ ਭਰੇ ਦਿਨ ਨਹੀਂ ਆਉਂਦੇ ਔਰ ਮੈਂ ਸਮਝਦਾ ਕਿ ਜਿਹੜਾ ਕਰਤਾਰਪੁਰ ਸਾਹਿਬ ਮੱਥਾ ਨਤਮਸਤਕ ਹੋ ਕੇ ਆਏ ਉਹ ਉਸ ਤੋਂ ਵੀ ਭਾਗਾਂ ਵਾਲਾ ਦਿਨ ਹੈ ਸੋ ਅੱਜ ਅਸੀਂ ਮਨ ਪੂਰਾ ਖੁਸ਼ ਹੈ ਪ੍ਰਸੰਨ ਹੈ ਕਿ ਅਸੀਂ ਆਪਣੇ ਗੁਰੂ ਦੇ ਘਰ ਆ ਕੇ ਨਤਮਸਤਕ ਹੋਏ ਹਾਂ ਸੰਗਤਾਂ ਦੇ ਦਰਸ਼ਨ ਕੀਤੇ ਹੈ ਲੰਗਰ ਛਕਿਆ ਹੈ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਅਸੀਂ ਜਿਹੜਾ ਅੱਜ ਭੋਗ ਪਾਏ ਗਏ ਨੇ ਮੁੱਖ ਮੰਤਰੀ ਸਾਹਿਬ ਨੂੰ ਵੀ ਵਧਾਈ ਦਿੰਦੇ ਬਹੁਤ ਚੰਗਾ ਕਾਰਜਕ੍ਰਮ ਉਹਨਾਂ ਨੇ ਰਖਵਾਇਆ ਪੂਰੇ ਆਫਿਸਰ ਸਾਹਿਬਾਨਾਂ ਨੂੰ ਵਧਾਈ ਦਿੰਦੇ ਕਿ ਇਹੋ ਜਿਹੀ ਹੋਸਪਿਟੈਲਿਟੀ ਮੈਂ ਕਿਤੇ ਇਹੋ ਜਿਹੇ ਪ੍ਰੋਗਰਾਮਾਂ 'ਚ ਵੇਖਣ ਨੂੰ ਨਹੀਂ ਮਿਲੀ ਪੂਰੇ ਦੇਸ਼ ਭਰ ਦੇ ਵਿੱਚ ਅਕਾਲੀ ਦਲ ਨਜ਼ਰ ਨਹੀਂ ਆਏ ਆਪਣੀ ਸਟੇਜ 'ਤੇ ਰਹੇ ਉਹ ਪ੍ਰੈਜੀਡੈਂਟ ਵੀ ਆਏ ਸੀਗੇ ਸੋ ਅਕਾਲੀ ਦਲ ਦਾ ਆਪਦਾ ਕੰਮ ਹੈ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਸ ਤਰ੍ਹਾਂ ਉਹਨੂੰ ਬਾਦਲ ਪਰਿਵਾਰ ਚਲਾਉਂਦਾ ਉਹਨੂੰ ਲੱਗਦਾ ਕਿ ਕਿਤੇ ਨਾ ਕਿਤੇ ਸਰਕਾਰ ਕ੍ਰੈਡਿਟ ਨਾ ਲੈ ਜੇ ਇਸ ਗੱਲ ਦਾ ਸਰਕਾਰ ਨੂੰ ਇਸ ਗੱਲ ਦਾ ਲਾਹਾ ਨਾ ਮਿਲ ਜੇ ਕਿ ਬਹੁਤ ਚੰਗੇ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਜੀ ਦੀ ਸ਼ਤਾਬਦੀ ਮਨਾਈ ਗਈ ਲੋਕਾਂ 'ਚ ਉਤਸ਼ਾਹ ਸੀਗੇ ਲੋਕਾਂ ਨੇ ਧੰਨਵਾਦ ਕੀਤੇ ਈਵਨ ਹਰ ਚੀਜ਼ ਦਾ ਪੁਖਤਾ ਇੰਤਜ਼ਾਮ ਸੀਗਾ ਉਹਨਾਂ ਨੂੰ ਲੱਗਿਆ ਕਿ ਲਾਂਘੇ ਦਾ ਸ਼੍ਰੇ ਵੀ ਕੋਈ ਹੋਰ ਲੈ ਗਿਆ ਗੁਰੂ ਇੱਥੋਂ ਦੇ ਜਿਹੜਾ ਗੁਰੂ ਨਾਨਕ ਦੇ ਇਸ ਗੁਰਪੁਰਬ ਦਾ ਸ਼੍ਰੇ ਵੀ ਸਰਕਾਰ ਲੈ ਜਾਏਗੀ ਤਾਂ ਸਾਨੂੰ ਕੌਣ ਪੁੱਛੇਗਾ ਕਿਉਂਕਿ ਲੋਕ ਉਹਨਾਂ ਨੂੰ ਆਲਰੇਡੀ ਪੰਥ ਦੇ ਦੋਸ਼ੀ ਮੰਨਦੇ ਹੈ ਸੋ ਉਹਨਾਂ ਦਾ ਨਾ ਆਉਣਾ ਜਾਂ ਹੋਣਾ ਸਾਡੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦਾ ਗੁਰੂ ਨਾਨਕ ਦੀ ਸੰਗਤ ਉਸ ਤੋਂ ਵੱਡੀ ਮੈਨੂੰ ਲੱਗਦਾ ਕਿ ਅਹਿਮ ਹੈ ਹਰ ਵਿਅਕਤੀ ਇੱਥੇ ਆਇਆ ਤਮਾਮ ਪੰਜਾਬ ਦੇ ਲੋਕ ਇੱਥੇ ਪਾਠ ਦੇ ਵਿੱਚ ਸ਼ਾਮਿਲ ਹੋਏ ਅਰਦਾਸ ਦੇ ਵਿੱਚ ਸ਼ਾਮਿਲ ਹੋਏ ਨਹੀਂ ਆਏ ਉਹਨਾਂ ਦੀ ਮਰਜ਼ੀ ਸਾਡੇ ਤਾਂ ਮੁੱਖ ਮੰਤਰੀ ਉਹਨਾਂ ਦੀ ਸਟੇਜ 'ਤੇ ਵੀ ਜਾ ਕੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਉੱਥੇ ਸੰਬੋਧਨ ਕਰਕੇ ਆਏ ਔਰ ਪੂਰਾ ਬੰਦਾ ਸਤਿਕਾਰ ਕੀਤਾ ਔਰ ਅੱਜ ਵੀ ਰਾਸ਼ਟਰਪਤੀ ਸਾਹਿਬ ਨੂੰ ਇਨਵਾਈਟ ਕਰਕੇ ਆਏ ਸੀ ਅਸੀਂ ਉਹਨਾਂ ਨੂੰ ਵਿਧਾਨ ਸਭਾ 'ਚ ਵੀ ਕਿਹਾ ਸੀ ਕਿ ਤੁਸੀਂ ਆਓ ਸਾਡੇ ਮੰਚ 'ਤੇ ਆਓ ਅਰਦਾਸ ਵਿੱਚ ਤੁਸੀਂ ਸ਼ਾਮਿਲ ਹੋ ਗੁਰੂ ਨਾਨਕ ਕਿਸੇ ਸਭ ਦੇ ਸਾਂਝੇ ਸਨ ਲੇਕਿਨ ਉਹ ਉਹਨਾਂ ਦੀ ਆਪਦੀ ਸੋਚ ਹੈ ਉਹ ਨਹੀਂ ਆਏ ਪਰ ਕਾਂਗਰਸ ਦੇ ਲੀਡਰ ਸਾਰੇ ਸੀ ਨਵਜੋਤ ਸਿੰਘ ਸਿੱਧੂ ਬੇਰਕਾ ਦੇ ਵਿੱਚ ਗੁਰਦੁਆਰੇ ਦੇ ਨਤਮਸਤਕ ਹੋਏ ਇੱਧਰਲੀ ਸਟੇਜ 'ਚ ਨਹੀਂ ਆਏ ਸਿੱਧੂ ਸਾਹਿਬ ਮੇਰਾ ਜਵਾਬ ਦੇ ਸਕਦੇ ਆ ਕਿ ਕਿਉਂ ਨਹੀਂ ਆਏ ਇੱਧਰਲੀ ਹੋ ਸਕਦਾ ਕਿ ਉਹਨਾਂ ਨੇ ਉੱਥੇ ਕੋਈ ਖੰਡ ਪਾਠ ਸਾਹਿਬ ਜਾਂ ਸਧਾਰਨ ਪਾਠ ਸਾਹਿਬ ਰਖਵਾਏ ਹੋਣ ਔਰ ਸਿੱਧੂ ਸਾਹਿਬ ਕਰਤਾਰਪੁਰ ਸਾਹਿਬ ਸਾਡੇ ਅਸੀਂ ਇਕੱਠੇ ਗਏ ਸਨ ਸਾਰੇ ਲੋਕ ਔਰ ਮੈਨੂੰ ਲੱਗਦਾ ਕਿ ਬੇਖੂਬੀ ਨਾ ਖੂਬੀ ਸਿੱਧੂ ਸਾਹਿਬ ਨੇ ਆਪਦਾ ਫਰਜ਼ ਨਿਭਾਇਆ ਇੱਕ ਵੱਡਾ ਤੋਹਫ਼ਾ ਪੰਜਾਬ ਵਾਸੀਆਂ ਨੂੰ ਸਿੱਖਾਂ ਨੂੰ ਹਿੰਦੁਸਤਾਨ ਦੇ ਸਿੱਖਾਂ ਨੂੰ ਸਿੱਧੂ ਸਾਹਿਬ ਅਤੇ ਇਮਰਾਨ ਖਾਨ ਸਾਹਿਬ ਨੇ ਦਿੱਤਾ ਮੈਂ ਉਹਨਾਂ ਨੂੰ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਬਿਲਕੁਲ ਅਸੀਂ ਰਾਜਾ ਵੜਿੰਗ ਵਧਾਈ ਦੇ ਰਹੇ ਨਵਜੋਤ ਸਿੰਘ ਸਿੱਧੂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਕਹਿਣਾ ਕਿ ਲਾਂਘਾ ਜਿਹੜਾ ਉਹ ਖੋਲ੍ਹਿਆ ਗਿਆ ਅੱਜ ਉਹ ਨਹੀਂ ਪਹੁੰਚੇ ਇਹਦਾ ਕਾਰਨ ਇਹਨਾਂ ਕਹਿਣਾ ਕਿ ਉਹ ਸਿੱਧੂ ਸਾਹਿਬ ਹੀ ਦੱਸ ਸਕਦੇ ਨੇ ਸੁਲਤਾਨਪੁਰ ਲੋਧੀ ਦਾ ਕੈਮਰਾ ਇਲੈਕਸ਼ਨ ਨਾਲ ਨਿਤਿਨ ਦਿਵਾਨ ਦੈਨਿਕ ਸਵੇਰਾ ਟੀਵੀ